ਕਹਿੰਦੇ ਨਾਟਕਾਂ ਨਾਲ ਰਲਣਾ ਕਿਹੜਾ ਸੌਖਾ, ਸਾਰਿਆਂ ਤੋਂ ਅੱਗੇ ਉਹਦੀ ਰੇਸ ਵੀ ਚੁਭਦੀ ਆ। ਜਦੋਂ ਕਿਸੇ ਆਮ ਘਰ ਦਾ ਪੁੱਤ ਤਰੱਕੀ ਕਰਦਾ ਨਾ, ਸ਼ਰੀਕਾਂ ਨੂੰ ਉਹਦੇ ਟਰੈਕਟਰ ਤੇ ਲੱਗਿਆ ਡੈੱਕ ਵੀ ਚੁਭਦਾ ਤੇ ਡੈੱਕ ਤੇ ਲੱਗੀ ਬੇਸ ਵੀ ਚੁਭਦੀ ਆ। ਮੱਚੋ ਸ਼ਰੀਕੋ, ਐ ਕੁਛ ਨਹੀਂ ਹੋਣਾ। ਹਾਂਜੀ ਦੋਸਤੋ, ਆਖਿਰ ਕਾਫ਼ੀ ਇੰਤਜ਼ਾਰ ਦੇ ਬਾਅਦ ਬੰਬੀਹਾ ਬੁੱਲੇ ਸੌਂਗ ਜੋ ਕਿ ਕੁਝ ਘੰਟੇ ਪਹਿਲਾਂ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਕਿ ਰਿਲੀਜ਼ ਦੇ ਕੁਝ ਟਾਈਮ ਬਾਅਦ ਹੀ ਕਾਫ਼ੀ ਵੱਡੀ ਗਿਣਤੀ ਵਿੱਚ ਵਿਊਜ਼ ਪ੍ਰਾਪਤ ਕਰ ਚੁੱਕਿਆ ਸੀ। ਇਸ ਵਿੱਚ ਜਸਵਿੰਦਰ ਬਰਾੜ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਬਾਅਦ ਦੇਖਿਆ ਜਾਵੇ ਤਾਂ ਇਹ ਗਾਣਾ ਪਹਿਲੇ 13 ਮਿੰਟ ਦੀ 200,000 ਵਿਊਜ਼ ਦੀ ਗਿਣਤੀ ਪਾਰ ਕਰ ਚੁੱਕਿਆ ਸੀ। ਇਸ ਤੋਂ ਬਾਅਦ ਸਾਡੀ ਟੀਮ ਨੇ ਦੇਖਿਆ ਕਿ 18 ਮਿੰਟ ਤੋਂ ਬਾਅਦ ਇਹ ਗਾਣਾ 314,000 ਵਿਊ 'ਤੇ ਆ ਗਿਆ ਸੀ। ਇਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਗਾਣਾ 5 ਮਿੰਟ ਵਿੱਚ 1,07,000 ਵਿਊਜ ਪ੍ਰਾਪਤ ਕਰ ਚੁੱਕਿਆ ਹੈ। ਸਿੱਧੇ ਤੌਰ 'ਤੇ ਗੱਲ ਕਰੀਏ ਤਾਂ ਇਹ ਗਾਣਾ 1 ਮਿੰਟ ਵਿੱਚ ਲਗਭਗ 21,000 ਵਿਊਜ਼ ਪ੍ਰਾਪਤ ਕਰ ਰਿਹਾ ਸੀ। ਇਸ ਤੋਂ ਬਾਅਦ ਜਿਵੇਂ ਜਿਵੇਂ ਅਸੀਂ ਦੇਖਦੇ ਗਏ, ਇਹ ਗਾਣਾ ਬਹੁਤ ਜ਼ਿਆਦਾ ਵਿਊਜ਼ ਹਾਸਿਲ ਕਰ ਚੁੱਕਿਆ ਸੀ ਅਤੇ 487,000 ਤੋਂ ਇਸ ਗਾਣੇ ਦੇ ਯੂਟਿਊਬ ਨੇ ਵਿਊਜ਼ ਪ੍ਰਾਪਤ ਕਰ ਦਿੱਤੇ ਸੀ। ਲੇਕਿਨ ਕੁਝ ਟਾਈਮ ਬਾਅਦ ਯੂਟਿਊਬ ਨੇ ਇਹ ਵੀ ਵਿਊਜ਼ ਅਪਡੇਟ ਕਰ ਦਿੱਤੇ ਸੀ। ਉਸ ਤੋਂ ਬਾਅਦ ਹਾਲ ਹੀ ਵਿੱਚ ਸਿੱਧੂ ਮੂਸੇਵਾਲ ਨੇ ਆਪਣੇ ਇੰਸਟਾ 'ਤੇ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਵਿੱਚ ਲਿਖਿਆ ਸੀ ਕਿ ਇਹਨੂੰ ਸਿਰਾ ਕਹਿੰਦੇ ਨੇ ਮੇਰੇ ਵੀਰਿਓ। ਅਤੇ ਆਖਿਰ 'ਤੇ ਤੁਹਾਨੂੰ ਦੱਸ ਦਈਏ ਕਿ ਗੋਲਡ ਮੀਡੀਆ ਜੋ ਕਿ ਬਹੁਤ ਵੱਡੀ ਪ੍ਰਮੋਸ਼ਨ ਕੰਪਨੀ ਹੈ, ਜਿਸ ਨੇ ਇੱਕ ਪੋਸਟ ਰਾਹੀਂ ਦੱਸਿਆ ਕਿ ਗਾਣਾ 1 ਘੰਟੇ ਵਿੱਚ ਹੀ 1 ਮਿਲੀਅਨ ਵਿਊਜ਼ ਤੋਂ ਉੱਪਰ ਟੱਪ ਗਿਆ ਸੀ, ਜੋ ਕਿ ਇੱਕ ਬਹੁਤ ਵੱਡੀ ਗੱਲ ਹੈ। ਸਿੱਧੂ ਮੂਸੇਵਾਲ ਦਾ ਇਹ ਪਹਿਲਾ ਸੌਂਗ ਹੈ ਜੋ ਕਿ 1 ਘੰਟੇ ਵਿੱਚ 1 ਮਿਲੀਅਨ ਪਲੱਸ ਹੋ ਗਿਆ ਸੀ। ਅਤੇ ਦੋਸਤੋ, ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਜੁੱਤੀ ਵਾਲੀ ਮਿੱਟੀ ਵਾਂਗੂ ਝਾੜ ਰੱਖੂਗਾ, ਵੈਰੀਆਂ ਨੇ ਕਰਦਾ ਜੋ ਠਾਇਆ ਹੋਇਆ, ਹੁਣ ਦੱਸੋ ਕੀ ਦਾ ਕੰਡਾ ਕੱਢਣਾ, ਗੱਭਰੂ ਜਵਾਨ ਤੱਕ